ਸਵਾਗਤ ਹੈ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਜੋਬ ਸਿੱਖੀ ਕੁੜੀ 'ਤੇ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਦੇ ਪਹਿਲੀ ਵਾਰੀ ਵਿਜ਼ਿਟ ਕੀਤਾ ਅਤੇ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਦਿਖ ਜਾਊਗਾ, ਉਸ ਨੂੰ ਦਬਾ ਦਿਓ ਅਤੇ ਨਾਲ ਹੀ ਉਸਦੇ ਘੰਟੀ ਵਾਲਾ ਬਟਨ ਵੀ ਆ ਜਾਵੇਗਾ। ਅਤੇ ਨਾਲ ਹੀ ਨੀਚੇ ਲਿੰਕਸ ਪ੍ਰੋਵਾਈਡ ਕੀਤੇ ਹੋਏ ਨੇ ਜੀ, ਤੁਸੀਂ ਮੈਨੂੰ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰ ਸਕਦੇ ਹੋ ਅਤੇ ਨਾਲ ਹੀ ਇੱਕ ਟੈਲੀਗ੍ਰਾਮ ਦਾ ਚੈਨਲ ਦਾ ਲਿੰਕ ਵੀ ਬਣਿਆ ਹੋਇਆ, ਤੁਸੀਂ ਉਸ ਨੂੰ ਵੀ ਫੋਲੋ ਕਰ ਸਕਦੇ ਹੋ। ਅੱਜ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਅਧਿਆਪਕਾਂ ਦੀ ਜਿਹੜੀ ਭਰਤੀ ਨੂੰ ਲੈ ਕੇ ਬਹੁਤ ਹੀ ਲੰਬੇ ਟਾਈਮ ਤੋਂ ਜਿਹੜਾ ਹੈ ਸੰਘਰਸ਼ ਚੱਲ ਰਿਹਾ ਹੈ ਅਤੇ ਸੰਗਰੂਰ ਅਤੇ ਪਟਿਆਲਾ ਦੇ ਵਿੱਚ ਇਸ ਦੇ ਰਿਗਾਰਡਿੰਗ ਜਿਹੜੇ ਹੈ ਬਹੁਤ ਹੀ ਜ਼ਿਆਦਾ ਟਾਈਮ ਤੋਂ ਤਕਰੀਬਨ 6-7 ਮਹੀਨਿਆਂ ਤੋਂ ਇਸ ਦੇ ਰਿਗਾਰਡਿੰਗ ਧਰਨੇ ਲਗਾਏ ਜਾ ਰਹੇ ਹਨ ਕਿ ਅਧਿਆਪਕਾਂ ਦੀ ਜਿਹੜੀ ਭਰਤੀ ਹੈ ਉਸ ਦੇ ਵਿੱਚ ਅਪਡੇਟ ਕੀਤਾ ਜਾਵੇ ਜਾਂ ਉਸ ਨੂੰ ਭਰਤੀ ਨੂੰ ਜ਼ਿਆਦਾ ਕੀਤਾ ਜਾਵੇ, ਕਿਉਂਕਿ ਪੰਜਾਬ ਦੇ ਵਿੱਚ 21-82 BEd ਅਤੇ 1664 ਜਿਹੜੀਆਂ ਪੋਸਟਾਂ ਆਈਆਂ ਨੇ ETT ਵਾਲਿਆਂ ਲਈ ਆਈਆਂ ਹੋਈਆਂ ਨੇ ਅਤੇ ਇਸ ਦੇ ਵਿੱਚ ਤਕਰੀਬਨ 70-80 ਹਜ਼ਾਰ ਜਿਹੜੇ ਕੈਂਡੀਡੇਟਸ ਨੇ ਉਹਨਾਂ ਦਾ ਟੈਟ ਪਾਸ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਪੋਸਟ ਦੇ ਲਈ ਕਿੰਨੇ ਜ਼ਿਆਦਾ ਕੈਂਡੀਡੇਟਸ ਦੇ ਵਿੱਚ ਕੰਪੀਟੀਸ਼ਨ ਹੋਵੇਗਾ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਦਿੰਦਾ ਜੀ, 16 ਮਾਰਚ 2020 ਨੂੰ ਜਿਹੜਾ ਕਿ ਪੰਜਾਬ ਕੈਬਨਿਟ ਵੱਲੋਂ ਇੱਕ 3 ਸਾਲ ਪੂਰੇ ਹੋਣ ਦੇ ਉੱਪਰ ਇੱਕ ਫੈਸਲਾ ਲਿਆ ਜਾਵੇਗਾ ਕਿ ਜਿਹੜੀ ਹੈ ਪੰਜਾਬ ਦੇ ਵਿੱਚ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ 81-82 ਅਤੇ 16-64, ਕੀ ਇਸ ਦੇ ਵਿੱਚ ਜਿਹੜਾ ਹੈ ਉਹ ਪੋਸਟਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ? ਨਹੀਂ, ਕਿਉਂਕਿ ਕੱਲ੍ਹ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਨਿਊਜ਼18 ਚੈਨਲ ਦੀ ਇਹ ਵੀਡੀਓ ਹੈ ਅਤੇ ਉਸ ਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਜੀ ਦੀ ਇੱਕ ਇੰਟਰਵਿਊ ਆਈ ਹੈ। ਉਹਨਾਂ ਨੇ ਸਪਸ਼ਟ ਹੀ ਇਹ ਚੀਜ਼ਾਂ ਕਹਿ ਦਿੱਤੀਆਂ ਨੇ ਕਿ ਜਿਹੜੇ ETT ਵਾਲੇ ਨੇ ਕੈਂਡੀਡੇਟਸ ਦੀ ਭਰਤੀ ਹੋ ਰਹੀ ਹੈ ਉਹਨਾਂ ਦਾ ਜਿਹੜਾ ਹੈ ਸੈਕਿੰਡ ਪੇਪਰ ਜਿਹੜਾ ਹੋਵੇਗਾ ਹੀ ਹੋਵੇਗਾ ਅਤੇ ਉਹਨਾਂ ਦੇ ਉੱਪਰ ਜਿਹੜੀ ਉਹ ਸ਼ਰਤ ਹੈ ਜੀ ਗ੍ਰੈਜੂਏਸ਼ਨ ਵਾਲੀ, ਉਹ ਵੀ ਉਹਨਾਂ ਦੇ ਉੱਪਰ ਜਿਹੜੀ ਹੈ ਉਹ ਲਾਗੂ ਰਹੇਗੀ, ਕਿਉਂਕਿ ਉਹਨਾਂ ਨੇ ਕਿਹਾ ਕਿ ਜੇਕਰ ਸਿੱਖਿਆ ਦਾ ਮਿਆਰ ਉੱਪਰ ਚੁੱਕਣਾ ਹੈ ਤਾਂ ਉਹਨਾਂ ਨੂੰ ਇਹ ਸੈਕਿੰਡ ਪੇਪਰ ਲੈਣਾ ਹੀ ਪਵੇਗਾ, ਕਿਉਂਕਿ 20-25 ਹਜ਼ਾਰ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਮੈਰਿਟ ਜਿਹੜੀ ਹੈ ਉਹ ਨਹੀਂ ਬਣ ਸਕਦੀ, ਕਿਉਂਕਿ ਇੰਨੇ ਜ਼ਿਆਦਾ ਕੈਂਡੀਡੇਟਸ ਦੇ ਵਿੱਚ ਜਿਹੜੀ ਮੈਰਿਟ ਬਣਾਉਣੀ ਔਖੀ ਹੈ। ਅਤੇ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਕਿ ਇਸ ਦੇ ਰਿਗਾਰਡਿੰਗ ਜਿਹੜਾ ਹੈ ਟੈਸਟ ਲੈਣਾ ਜ਼ਰੂਰੀ ਹੀ ਹੈ, ਕਿਉਂਕਿ ਮੈਰਿਟ ਦੇ ਵਿੱਚ ਕਿਹੜੀ ਹੈ ਕੋਈ ਪਾਰਸ਼ੈਲਿਟੀ ਨਹੀਂ ਹੋ ਸਕਦੀ ਅਤੇ ਉਸ ਦੇ ਰਿਗਾਰਡਿੰਗ ਜਿਹੜੀ ਉਹ ਮੈਰਿਟ ਬਣਾਉਣੀ ਹੀ ਪਵੇਗੀ। ਇਸ ਤੋਂ ਬਾਅਦ ਉਹਨਾਂ ਨੇ ਇੱਕ ਸਵਾਲ ਪੁੱਛਣ 'ਤੇ ਇਹ ਵੀ ਕਿਹਾ ਗਿਆ ਕਿ ਜਿਹੜੀ 81-82 ਅਤੇ 16-64 ਦੀ ਪੋਸਟਾਂ ਦੇ ਵਿੱਚ ਕੀ ਜਿਹੜੀ ਹੈ ਪੰਜਾਬ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਜੀ 16 ਮਾਰਚ ਨੂੰ 3 ਸਾਲ ਪੂਰੇ ਹੋਣ 'ਤੇ, ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਜਿਹੜੀ ਇਹ ਭਰਤੀ ਹੈ ਇਹ ਇਸੇ ਤਰ੍ਹਾਂ ਹੀ ਪੂਰੀ ਹੋਵੇਗੀ। ਉਹ 31 ਮਾਰਚ ਤੋਂ ਬਾਅਦ ਵੇਖਣਗੇ ਕਿ ਕਿੰਨੇ ਜ਼ਿਆਦਾ ਜਿਹੜੇ ਨੇ ਅਧਿਆਪਕ ਉਹ ਰਿਟਾਇਰ ਹੋ ਰਹੇ ਨੇ ਅਤੇ ਉਸ ਤੋਂ ਬਾਅਦ ਜਿਹੜੀਆਂ ਬਣਦੀਆਂ ਪੋਸਟਾਂ ਨੇ ਉਹਨਾਂ ਨੂੰ ਉਸ ਦੇ ਉੱਪਰ ਭਰਤੀ ਕੀਤਾ ਜਾਵੇਗਾ। ਅਤੇ ਨਾਲ ਹੀ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ, ਉਹਨਾਂ ਨੇ ਨਾਲ ਹੀ ਇਹ ਜਾਣਕਾਰੀ ਦਿੱਤੀ ਕਿ ਜਿਹੜੀ ਇਹ ਪੋਸਟਾਂ ਦੀ ਜਿਹੜੀ ਇਹ ਅਧਿਆਪਕ ਦੇ ਵਿੱਚ ਭਰਤੀ ਹੋ ਰਹੀ ਹੈ ਜੀ, ਮਾਸਟਰ ਕੇਡਰ ਦੀ ਜਿਹੜੀ ਇਹ ਭਰਤੀ ਹੋ ਰਹੀ ਹੈ, ਉਹਨਾਂ ਦੇ ਵਿੱਚ ਇਸ ਵਾਰ ਜਿਹੜਾ ਇਹ ਪੋਸਟਾਂ ਦੇ ਵਿੱਚ ਜਿਹੜਾ ਹੈ ਵਾਧਾ ਨਹੀਂ ਕੀਤਾ ਜਾਵੇਗਾ, ਜਿਹੜੀ ਇਹ ਭਰਤੀ ਹੈ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ। ਅਤੇ ਨਾਲ ਹੀ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਜਿਹੜਾ PSTET ਦਾ ਰਿਜ਼ਲਟ ਹੈ ਉਹ ਕਦੋਂ ਤੱਕ ਆ ਸਕਦਾ ਹੈ। ਉਹਨਾਂ ਨੇ ਵੀ ਇਹ ਚੀਜ਼ ਕਹੀ ਕਿ ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਫਿਕਰ ਹੈ ਕਿ ਜਿਹੜੇ ਕੈਂਡੀਡੇਟਸ ਦੇ ਪੇਪਰ ਪਾਸ ਕਰ ਚੁੱਕੇ ਨੇ ਆਨਸਰ ਕੀ ਦੇ ਅਕੋਰਡਿੰਗ, ਉਹਨਾਂ ਨੂੰ ਜਿਹੜਾ ਇਹ ਰਿਜ਼ਲਟ ਦੇ ਵਿੱਚ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਹਰ ਇੱਕ ਇਨਸਾਨ ਨੂੰ ਜਿਹੜੀ ਹੈ ਜੋਬ ਦੇ ਲਈ ਨੀਡ ਹੈ। ਅਤੇ ਉਹਨਾਂ ਨੇ ਇਹ ਚੀਜ਼ ਕਹੀ ਕਿ ਜਿਹੜਾ ਰਿਜ਼ਲਟ ਹੈ ਉਹ ਬਹੁਤ ਹੀ ਜਲਦੀ 18 ਤਰੀਕ ਤੋਂ ਪਹਿਲਾਂ ਹੋ ਸਕਦਾ ਹੈ ਕਿ ਉਹ ਡਿਕਲੇਅਰ ਕਰ ਦੇਣ। ਜੇਕਰ ਇਹ ਰਿਜ਼ਲਟ ਡਿਕਲੇਅਰ ਨਹੀਂ ਹੁੰਦਾ ਤਾਂ ਉਹਨਾਂ ਨੂੰ PSTET ਦੇ ਜਿਹੜਾ ਫਾਰਮ ਹੈ ਵੀ ਜਿਹੜੀ ਇਹ ਭਰਤੀ ਹੋ ਰਹੀ ਹੈ ਅਤੇ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਜ਼ਰੂਰ ਹੀ ਦਿੱਤਾ ਜਾਵੇਗਾ। ਉਹਨਾਂ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਇਸ ਭਰਤੀ ਦੇ ਵਿੱਚ ਜਿਹੜਾ ਹੈ ਮੌਕਾ ਜ਼ਰੂਰ ਦਿੱਤਾ ਜਾਵੇਗਾ। ਇੱਕ ਖੁਸ਼ਖਬਰੀ ਵਾਲੀ ਗੱਲ ਵੀ ਹੈ ਕਿ ਜੇਕਰ ਉਹਨਾਂ ਦਾ ਰਿਜ਼ਲਟ ਨਹੀਂ ਵੀ ਬਣਦਾ ਤਾਂ ਉਹ ਜਿਹੜੇ ਇਹਨੇ ਕੈਂਡੀਡੇਟਸ ਮੌਕਾ ਜਿਹੜਾ ਹੈ ਉਹ ਜ਼ਰੂਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਆਪਾਂ ਦੂਸਰੀ ਗੱਲ ਕਰ ਲੈਂਦੇ ਹਾਂ ਜੀ ਕਿ ਇਹ ਪੋਸਟਾਂ ਦੇ ਵਿੱਚ ਵਾਧਾ ਫਿਰ ਦੁਬਾਰਾ ਤੋਂ ਕਰ ਰਿਹਾ ਜੀ। ਪੋਸਟਾਂ ਦੇ ਵਿੱਚ ਜਿੱਥੋਂ ਤੱਕ ਉਹਨਾਂ ਦੇ ਕਹਿਣ ਦੀਆਂ ਗੱਲਾਂ ਨੇ ਜੀ, ਪੋਸਟਾਂ ਦੇ ਵਿੱਚ ਮੇਰੇ ਅਕੋਰਡਿੰਗ ਤਾਂ ਇਹ ਜਿਹੜਾ ਵਾਧਾ ਨਹੀਂ ਕੀਤਾ ਜਾਵੇਗਾ। ਸਰਕਾਰ ਵੱਲੋਂ ਜਿਹੜਾ ਹੈ 16 ਮਾਰਚ ਨੂੰ ਜਿਹੜਾ ਅਧਿਆਪਕਾਂ ਨੂੰ ਸਿਰਫ ਇੱਕ ਲਾਰਾ ਹੀ ਲਾਇਆ ਜਾਵੇਗਾ ਕਿ ਉਹ ਭਰਤੀ ਜ਼ਿਆਦਾ ਕਰਨਗੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੀ ਭਰਤੀ ਕਰਨਗੇ। ਇਹ ਸਿਰਫ ਉਹਨਾਂ ਨੂੰ ਇੱਕ ਥੋੜ੍ਹੇ ਟਾਈਮ ਦੇ ਲਈ ਉਹਨਾਂ ਨੇ ਅਧਿਆਪਕਾਂ ਨੂੰ ਰੋਕ ਲਿਆ ਹੈ ਕਿ ਇਹ ਜਿਹੜੀ ਭਰਤੀ ਹੈ ਜੀ ਅਸੀਂ ਜਲਦ ਕਰਾਂਗੇ, ਪਰ ਜਿੱਥੋਂ ਤੱਕ ਸਿੱਖਿਆ ਮੰਤਰੀ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਜੀ ਕਿ ਇਹ ਭਰਤੀ ਦੇ ਵਿੱਚ ਜਿਹੜਾ ਕੋਈ ਵੀ ਚੇਂਜ ਨਹੀਂ ਹੋਵੇਗਾ। ਜੇਕਰ ਭਰਤੀ ਦੇ ਰਿਗਾਰਡਿੰਗ ਕੋਈ ਨਵੀਂ ਅਪਡੇਟ ਆਵੇਗੀ ਤਾਂ ਜੀ ਉਹ 31 ਮਾਰਚ 2020 ਤੋਂ ਬਾਅਦ ਜਿਹੜੀ ਰਿਟਾਇਰਮੈਂਟ ਹੋਵੇਗੀ ਉਸ ਤੋਂ ਬਾਅਦ ਹੀ ਜਿਹੜੀ ਇਹ ਭਰਤੀ ਦੀ ਕੋਈ ਨਵੀਂ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ। ਫਿਲਹਾਲ ਦੇ ਲਈ ਦੇਖਦੇ ਹਾਂ ਜੀ ਕੀ ਫੈਸਲਾ ਆਉਂਦਾ ਹੈ। ਅਤੇ ਜਿਹੜੀ ਸਿੱਖਿਆ ਮੰਤਰੀ ਨੇ ਇੰਟਰਵਿਊ ਦਿੱਤੀ ਹੈ ਜੀ ਨਿਊਜ਼18 TV ਦੇ ਉੱਪਰ, ਉਸ ਦਾ ਜਿਹੜਾ ਚੈਨਲ ਦਾ ਜਿਹੜਾ ਲਿੰਕ ਹੈ ਜੀ ਜਿੱਥੇ ਤੁਸੀਂ ਉਸ ਇੰਟਰਵਿਊ ਨੂੰ ਪੂਰਾ ਸੁਣ ਸਕਦੇ ਹੋ, ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਉਹ ਪ੍ਰੋਵਾਈਡ ਹੈ ਜੀ, ਤੁਸੀਂ ਉੱਥੇ ਜਾ ਕੇ ਵੀ ਉਸ ਦੇ ਰਿਗਾਰਡਿੰਗ ਪੂਰੀ ਜਾਣਕਾਰੀ ਲੈ ਸਕਦੇ ਹੋ। ਅਤੇ ਨਾਲ ਹੀ ਤੁਸੀਂ ਮੇਰਾ ਟੈਲੀਗ੍ਰਾਮ ਦਾ ਚੈਨਲ ਦਾ ਇੱਕ ਲਿੰਕ ਹੈ ਜੀ ਉਹ ਵੀ ਜੁਆਇਨ ਕਰ ਸਕਦੇ ਹੋ, ਜਿੱਥੇ ਗਵਰਨਮੈਂਟ ਜੋਬਸ ਦੇ ਰਿਲੇਟਿਡ ਤੁਹਾਨੂੰ 100% ਟਿਊ ਜਿਹੜੀ ਹੈ ਨਿਊਜ਼ ਮਿਲਦੀ ਹੈ ਜੀ। ਮੇਰੇ
ਪੈਸਾ ਕਮਾਉਣ ਦੇ ਲਈ ਨਿਊਜ਼ ਨਹੀਂ ਦਿੱਤੀ ਜਾਂਦੀ, ਕਿਉਂਕਿ ਮੈਂ ਸਿਰਫ ਉਹੀ ਨਿਊਜ਼ ਦਿੰਦਾ ਜੀ ਜਿਹੜੀ ਓਫੀਸ਼ੀਅਲ ਨੋਟੀਫਿਕੇਸ਼ਨ ਆਇਆ ਹੋਵੇ ਪੰਜਾਬ ਸਰਕਾਰ ਵੱਲੋਂ। ਉਸ ਤੋਂ ਪਹਿਲਾਂ ਜਿੰਨਾ ਚਿਰ ਵੈਬਸਾਈਟ ਦੇ ਉੱਪਰ ਜਿਹੜਾ ਹੈ ਜੀ ਓਫੀਸ਼ੀਅਲ ਵੈਬਸਾਈਟ ਦੇ ਉੱਪਰ ਨਹੀਂ ਅਪਡੇਟ ਹੁੰਦਾ, ਉਹਨਾਂ ਟਾਈਮ ਮੈਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਨਹੀਂ ਲੈ ਕੇ ਆਉਂਦਾ। ਦੋਸਤੋ, ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਬਣਦਾ ਹੈ ਜੀ, ਕਿਉਂਕਿ ਵੀਡੀਓ ਨੂੰ ਲਾਈਕ ਦਾ ਜਿਹੜਾ ਟਾਰਗੇਟ ਹੈ ਜੀ ਉਹ 500 ਰੱਖਿਆ ਗਿਆ। ਇਸ ਕਰਕੇ ਇਸ ਵੀਡੀਓ ਨੂੰ ਇੱਕ ਵਾਰੀ ਲਾਈਕ ਜ਼ਰੂਰ ਕਰ ਦਿਓ। ਥੈਂਕ ਯੂ ਫਰੈਂਡਸ, ਥੈਂਕ ਯੂ ਫੋਰ ਵਾਚਿੰਗ। ਜੋ ਸੀ ਕੇ ਗੁਰੀ ਚੈਨਲ।